ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਆ। ਹਾਂਜੀ ਅੱਜ ਆਪਾਂ ਕੁਝ ਬਚਪਨ ਦੀਆਂ ਯਾਦਾਂ ਲੈ ਕੇ ਆਏ ਆਂ ਜੀ। ਸਾਰੀ ਜਿਹੜਾ ਇਸ ਰੈਸਪੀ ਨੂੰ ਖਾਂਦੇ ਆ ਬੜੇ ਸ਼ੌਂਕ ਦੇ ਨਾਲ, ਬੜੇ ਚਾਹ ਦੇ ਨਾਲ ਤੇ ਉਮੀਦ ਕਰਦੀ ਆ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਉਗੀ। ਪਸੰਦ ਆਈ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਚਲੋ ਜੀ ਫਿਰ ਝਟਪਟ ਹੋ ਜਾਓ ਤੁਸੀਂ ਵੀ ਤਿਆਰ ਤੇ ਬਣਾਓ ਇਸ ਰੈਸਪੀ ਨੂੰ। ਲਓ ਜੀ ਆਪਾਂ ਆਟਾ ਜਿਹੜਾ ਪਹਿਲਾਂ ਗੁੰਨ ਕੇ ਰੱਖਿਆ ਹੋਇਆ ਤੇ ਹੁਣ ਆਪਾਂ ਬਣਾਵਾਂਗੇ 8-10 ਪਰੌਂਠੇ ਹਾਂਜੀ ਇਹ ਸਾਰਿਆਂ ਦੀ ਜਿਹੜੀ ਫੇਵਰੇਟ ਰੈਸਪੀ ਆ ਬੱਚਿਆਂ ਦੀ ਵੱਡਿਆਂ ਦੀ ਸਾਰੀ ਜਿਹੜਾ ਇਸ ਰੈਸਪੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਬਹੁਤ ਹੀ ਲਾਈਕ ਕਰਦੇ ਆ ਤੇ ਬਹੁਤ ਹੀ ਜਲਦੀ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਆ ਸ਼ਾਹੀ ਰੈਸਪੀ ਆ ਜੀ ਅੱਜ ਤੇ ਤੁਸੀਂ ਵੀ ਜਿਹੜਾ ਬਣਾਓ ਤੇ ਖਾਓ ਤੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਪਣੇ ਫੈਮਲੀ ਮੈਂਬਰ ਨੂੰ ਜਰੂਰ ਬਣਾ ਕੇ ਦਿਓ ਜੀ ਲੋ ਜੀ ਆਪਾਂ ਅੱਜ ਪਰੌਂਠੇ ਬਣਾਵਾਂਗੇ 8-10 ਪਰੌਂਠੇ ਆਪਣਾ ਫੈਮਲੀ ਮੈਂਬਰ ਦੇ ਹਿਸਾਬ ਨਾਲ ਬਣਾਵਾਂਗੇ ਤੇ ਬਹੁਤ ਹੀ ਟੇਸਟੀ ਲੱਗਦੀ ਹੈ ਜੀ ਲੋ ਜੀ ਪਰੌਂਠੇ ਤਾਂ ਆਪਾਂ ਨਾਰਮਲ ਹੀ ਘਰਾਂ ਦੇ ਵਿੱਚ ਬਣਾ ਲੈਨੇ ਆ ਤੁਸੀਂ ਚਾਹੋ ਤਾਂ ਰੋਟੀ ਵੀ ਕੱਲੀ ਗੋਲ ਬਣਾ ਸਕਦੇ ਆ ਪਰ ਜਿਹੜਾ ਪਰੌਂਠੇ ਦਾ ਟੇਸਟ ਹੁੰਦਾ ਬਹੁਤ ਹੀ ਜ਼ਿਆਦਾ ਅਲੱਗ ਹੁੰਦਾ ਏ ਬਹੁਤ ਟੇਸਟ ਲੱਗਦੀ ਆ ਸ਼ਾਹੀ ਰੈਸਪੀ ਉਮੀਦ ਕਰਦੀ ਆ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਊਗੀ ਪਸੰਦ ਆਈ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਜੇ ਮੇਰੇ ਚੈਨਲ ਨੂੰ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਕਰੋ ਤੇ ਵੀਡੀਓ ਵਧੀਆ ਲੱਗਦੀ ਆ ਤਾਂ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਜੀ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਲੋੜ ਆ ਤੇ ਤੁਸੀਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡੇ ਲਾਈਕ ਤੇ ਤੁਹਾਡੇ ਕਮੈਂਟਾਂ ਦੇ ਨਾਲ ਆ ਜਿਹੜਾ ਕਿ ਅੱਗੇ ਕਦਮ ਵਧਦੇ ਆ ਤਾਂ ਬਹੁਤ ਹੀ ਪਿਆਰ ਤੇ ਬਹੁਤ ਹੀ ਹੌਸਲਾ ਵਧਦਾ ਇਹ ਵੀਡੀਓ ਬਣਾਉਣ ਦੇ ਲਈ ਹੋਰ ਤੁਸੀਂ ਸੁਣਾਓ ਜੀ ਅੱਜ ਜਿਹੜੀ ਰੈਸਪੀ ਬਣਾਉਣੀ ਆ ਤੇ ਤੁਸੀਂ ਫਿਰ ਮੈਨੂੰ ਦੱਸਿਆ ਜੋ ਵੀਡੀਓ ਦੇਖ ਕੇ ਕਿ ਤੁਸੀਂ ਇਸ ਛਾਹੀ ਰੈਸਪੀ ਨੂੰ ਖਾਦਾ ਬਣਾਇਆ ਤਾਂ ਜਾਂ ਬਚਪਨ ਦੇ ਵਿੱਚ ਕਿੰਨਾ ਖਾਦਾ ਸੀ ਲਓ ਜੀ ਆਪਣੇ ਪਰੌਂਠੇ ਆ ਜਿਹੜੇ ਬਣ ਕੇ ਹੋ ਗਏ ਤਿਆਰ ਆਪਾਂ 8-10 ਪਰੌਂਠੇ ਜਿਹੜੇ ਬਣਾ ਲਿਆ ਬਹੁਤ ਹੀ ਸੌਖੀ ਤੇ ਈਜੀ ਆ ਜੀ ਆ ਦੇਖੋ ਆਪਾਂ ਪਰੌਂਠੇ ਤਿਆਰ ਕਰ ਲਏ 8-10 ਹਾਂਜੀ ਇਹ ਹਲੇ ਹਲਕੇ ਹਲਕੇ ਗਰਮ ਤੇ ਜਿਆਦਾ ਠੰਡੇ ਵੀ ਨਹੀਂ ਕਰਨੇ ਤੇ ਜਿਆਦਾ ਗਰਮ ਵੀ ਨਹੀਂ ਤੇ ਇੱਧਰ ਆਪਾਂ ਸ਼ੱਕਰ, ਤੇਲ, ਖਸਖਸ, ਮਿਲਕ ਪਾਊਡਰ, ਸੌਗੀ, ਨਾਰੀਅਲ ਕद्दूकस ਕੀਤਾ ਹੋਇਆ, ਡਰਾਈ ਫਰੂਟ, ਬਦਾਮ, ਕਾਜੂ ਬਰੀਕ-ਬਰੀਕ ਕੱਟ ਲਿਆ ਸੀ ਇੱਧਰ ਆਪਾਂ ਲੈ ਲਿਆ ਦੇਸੀ ਘਿਓ। ਹੁਣ ਆਪਾਂ ਪਰੌਂਠਿਆਂ ਦੇ ਕੁਟਰੇ ਕਰ ਦੇਵਾਂਗੇ ਚੂਰੀ ਕਰ ਦੇਾਂਗੇ ਇਹਦੀ ਚੂਰੀ ਬਣਾ ਦੇਾਂਗੇ ਲਓ ਜੀ ਇਸ ਤਰ੍ਹਾਂ ਆਪਾਂ ਪਰੌਂਠਿਆਂ ਨੂੰ ਜਿਹੜਾ ਚੂਰ ਲੈਣਾ ਹੈ ਚੂਰੀ ਬਣਾ ਲੈਣੀ ਹੈ ਇਹਦੀ ਆਪਾਂ ਲਓ ਜੀ ਆ ਗਈ ਯਾਦ ਬਚਪਨ ਦੀ ਤੁਹਾਨੂੰ ਹਣ ਵੀ ਬਣਾ ਕੇ ਦਿੰਨੇ ਆਪਾਂ ਬੱਚਿਆਂ ਨੂੰ ਚੂਰੀ ਚੂਰੀ ਦੇ ਲੱਡੂ ਤੇ ਖਾਦੇ ਵੀ ਹੋਣਗੇ ਸਾਰਿਆਂ ਨੇ ਦੱਸੋ ਤੁਸੀਂ ਕਿੰਨੇ ਕ ਖਾਦੇ ਆ ਚੂਰੀ ਦੇ ਲੱਡੂ ਜਦੋਂ ਸਕੂਲ ਜਾਇਦਾ ਸੀ ਮੰਮੀਆਂ ਚੂਰੀ ਦੇ ਲੱਡੂ ਬਣਾ ਕੇ ਟਿਫਨ ਦੇ ਵਿੱਚ ਪਾ ਦਿੰਦੀਆਂ ਸੀ ਅੱਜ ਵੀ ਬੱਚਿਆਂ ਨੂੰ ਪਾ ਕੇ ਦੇਈਦੇ ਆ ਚੂਰੀ ਦਾ ਲੱਡੂ ਚੂਰੀ ਵੀ ਖਾ ਲੈਂਦੇ ਬੱਚੇ ਲੱਡੂ ਵੀ ਬਣਾ ਦੇਦਾ ਲੱਡੂ ਬਣਾ ਕੇ ਹੱਥ ਵਿੱਚ ਫੜਾ ਦੇਦਾ ਬੱਚੇ ਖਾਂਦੇ ਰਹਿੰਦੇ ਆ ਲੋ ਜੀ ਸਾਰੇ ਪਰੌਂਠਿਆਂ ਨੂੰ ਆਪਾਂ ਜਿਹੜਾ ਛੋਟੇ ਛੋਟੇ ਪੀਸਾਂ ਵਿੱਚ ਕਰ ਲਿਆ ਤੇ ਇਹਦੇ ਉੱਪਰ ਆਪਾਂ ਪਾ ਲਿਆ ਦੇਸੀ ਘਿਓ ਇਹ ਲੈ ਲ लीजिए ਆਪਾਂ ਸੱਕਰ ਸੱਕਰ ਵਾਲੇ ਤੁਸੀਂ ਸ਼ਾਇਦ ਨਹੀਂ ਖਾਦੇ ਹੋਣੇ ਇਹ ਆ ਜੀ ਤੈਲ ਤੇ ਖਸ ਖਸ ਬਦਾਮ ਤੇ ਕਾਜੂ ਸਿੰਪਲ ਬਣਾ ਕੇ ਦਿੰਦੇ ਸੀ ਅੱਜ ਆਪਾਂ ਸ਼ਾਹੀ ਬਣਾਵਾਂਗੇ ਡ్రਾਈ ਫਰੂਟ ਵਾਲੇ ਨਾਰੀਅਲ ਤੇ ਸੌਗੀ ਮਿਲਕ ਪਾਊਡਰ ਬਹੁਤ ਹੀ ਜ਼ਿਆਦਾ ਟੇਸਟ ਵਧਾਉਣ ਵਾਸਤੇ ਤੇ ਲਓ ਜੀ ਹੁਣ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਦੇਖੋ ਇਨ ਸਾਰੇ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਜੇ ਤੁਸੀਂ ਚਾਹੋ ਨਹੀਂ ਤੁਹਾਨੂੰ ਪਸੰਦ ਡਰਾਈ ਫਰੂਟ ਨਹੀਂ ਪਸੰਦ ਜਾਂ ਕੋਈ ਵੀ ਤੁਹਾਨੂੰ ਚੀਜ਼ ਨਹੀਂ ਪਸੰਦ ਤਾਂ ਤੁਸੀਂ ਸਕਿਪ ਕਰ ਦਿਓ ਜੇ ਤੁਸੀਂ ਇਸ ਤੋਂ ਇਲਾਵਾ ਐਕਸਟਰਾ ਪਾਉਣਾ ਚਾਹੁੰਦੇ ਹੋ ਤਾਂ ਪਾ ਵੀ ਸਕਦੇ ਆ ਇਹਦੇ ਵਿੱਚ ਦੋ ਚਮਚ ਮਲਾਈ ਦੇ ਵੀ ਆਪਾਂ ਪਾ ਸਕਦੇ ਆ ਜੇਕਰ ਤੁਸੀਂ ਪਾਉਣਾ ਚਾਹੋ ਤਾਂ ਘਿਓ ਦੀ ਜਗ੍ਹਾ ਮਲਾਈ ਪਾ ਲਓ ਬਹੁਤ ਟੇਸਟੀ ਲੱਗਦੇ ਆ ਪਰ ਆਪਾਂ ਜਿਹੜਾ ਘਿਓ ਪਾ ਲਿਆ ਕਿਉਂਕਿ ਮਲਾਈ ਜਿਹੜਾ ਬੱਚੇ ਥੋੜਾ ਨਖਰੇ ਕਰਦੇ ਆ ਨਾ ਮਲਾਈ ਫਿਰ ਤਾਂ ਨਹੀਂ ਪਾਈ ਤੇ ਜੇ ਮਲਾਈ ਦੇ ਵਿੱਚ ਬਣਾਵਾਂਗੇ ਤਾਂ ਬਹੁਤ ਟੇਸਟੀ ਲੱਗਣਗੇ ਉਹ ਤੁਹਾਡੀ ਮਰਜ਼ੀ ਆ ਮਲਾਈ ਚ ਬਣਾਉਣੇ ਆ ਜਾਂ ਘਿਓ ਚ ਬਣਾਉਣੇ ਆ ਡ్రਾਈ ਫਰੂਟ ਕਿਹੜੇ ਪਾਉਣੇ ਆ ਕਿਹੜੇ ਨਹੀਂ ਪਾਉਣੇ ਜਾਂ ਸਕਿੱਪ ਕਰਨੇ ਆ ਉਹ ਆਪਣੀ ਆਪਣੀ ਮਰਜ਼ੀ ਆ ਲਓ ਜੀ ਚੂਰੀ ਆ ਜਿਹੜੀ ਆਪਾਂ ਬਣਾ ਲਈ ਹੈਗੀ ਆ ਹੁਣ ਆਪਾਂ ਬਣਾਵਾਂਗੇ ਸ਼ਾਹੀ ਲੱਡੂ ਇਸਦੇ ਆਪਾਂ ਲੱਡੂ ਬਣਾ ਲਏ ਦੇਖੋ ਲਓ ਜੀ ਖਾਓ ਜੀ ਕਿੰਨਾ ਵਧੀਆ ਲੱਗਦਾ ਮੂੰਹ ਚ ਪਾਣੀ ਆ ਗਿਆ ਫਟਾਫਟ ਬਣਾ ਕੇ ਖਾ ਲਿਏ ਤੁਸੀਂ ਵੀ ਬਣਾਇਓ ਆਪਣੇ ਘਰ ਵਿੱਚ ਜ਼ਰੂਰ ਟਰਾਈ ਕਰਿਓ ਸਾਰਿਆਂ ਨੂੰ ਜਿਹੜਾ ਬਹੁਤ ਪਸੰਦ ਆਉਣਗੇ ਮਿਲਕਾ ਪਾਊਡਰ ਦਾ 2 ਚਮਚੇ ਜ਼ਰੂਰ ਪਾਇਓ ਜੀ ਟੇਸਟ ਬਹੁਤ ਵਧੀਆ ਬਣਦਾ ਲਓ ਜੀ ਬਿਨਾਂ ਮਿਹਨਤ ਹਾਂਜੀ ਪਰੌਂਠੇ ਬਣਾਉਣ ਤੇ ਤਾਂ ਮਿਹਨਤ ਲੱਗਦੀ ਆ ਲਓ ਜੀ ਸ਼ਾਹੀ ਲੱਡੂ ਚੂਰੀ ਦੇ ਲੱਡੂ ਬਣ ਕੇ ਤਿਆਰ ਆ ਹਾਂਜੀ ਕਿਵੇਂ ਲੱਗੀ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਵੀ ਟਰਾਈ ਕਰਿਓ ਇਹ ਸ਼ਾਹੀ ਲੱਡੂ ਬਣਾਉਣ ਵਾਸਤੇ ਬਚਪੰਦੀਆਂ ਜਿਆਦਾ ਨੂੰ ਕਰੋ ਤਾਜ਼ਾ ਚਲੋ ਠੀਕ ਹੈ ਜੀ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਬ ਤੱਕ ਲਈ ਸਤਿ ਸ੍ਰੀ ਅਕਾਲ ਓਕੇ ਬਾਏ ਬਾਏ